ਬਠਿੰਡਾ ਦੇ ਕਸਬਾ ਭਗਤਾ ਭਾਈ ਵਿੱਚ ਇੱਕ ਵਪਾਰੀ ਤੋਂ 80,000 ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਪਾਰੀ HDFC ਬੈਂਕ ਵਿੱਚੋਂ ਪੈਸੇ ਕਢਵਾ ਕੇ ਬਾਹਰ ਹੀ ਨਿਕਲਿਆ ਸੀ ਕਿ ਲੁਟੇਰਿਆਂ ਨੇ ਉਸ ਤੇ ਹਮਲਾ ਕਰ ਦਿੱਤਾ ਅਤੇ 4 ਹਵਾਈ ਫਾਇਰ ਕਰਦੇ ਹੋਏ ਪੈਸੇ ਖੋ ਕੇ ਫਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹੋਏ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸਨੇ ਬੈਂਕ ਵਿੱਚੋਂ ਕੁੱਲ 2,80,000 ਰੁਪਏ ਕਢਵਾਏ ਸਨ, ਜਿਸ ਵਿੱਚੋਂ 80,000 ਰੁਪਏ ਉਸਨੇ ਥੈਲੇ ਵਿੱਚ ਪਾ ਕੇ ਹੱਥ ਵਿੱਚ ਫੜੇ ਹੋਏ ਸਨ ਅਤੇ ਬਾਕੀ ਦੇ 2,00,000 ਰੁਪਏ ਜੇਬ ਵਿੱਚ ਸਨ ਜੋ ਕਿ ਚੋਰਾਂ ਦੀ ਨਜ਼ਰ ਤੋਂ ਬਚ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। SPD ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਅੱਠ ਗੁੱਟੀਆਂ ਸੀ ਉਹ ਮਿਲੇ।